हम मेक इन इंडिया बनाएंगे। बुलेट ट्रेन आ रही है जापान से, सरदार पटेल का बुत आ रहा है चाइना से, राफेल जहाज आ रहा है फ्रांस से, भारत वाले बनाएंगे पकौड़े। तैयारी करो भाई, तैयारी करो, ठोको ठोको ताली ठोको। बहनों भाइयों, बरेली चले गए बरेली। बहनों भाइयों, मुझे बरेली बड़ी अच्छी लगती है क्योंकि झुमका यहीं गिरा था। अगर लो तू, ये प्रधानमंत्री है, काहे का प्रधानमंत्री है, है? तू अगली रुत ते यारा यकीन रखी, जे आई है पतझड़ ते फेर की है, तू अगली रुत ते यकीन रखी, मैं लब के लियाना कितों दो कलमा, तू फुल्ला जोगी जमीन रखी। ਆਪਣੇ ਸ਼ਾਇਰਾਨਾ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਮਸ਼ਹੂਰ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਜਾਣ ਦਾ ਖਤਰਾ ਬਣ ਗਿਆ ਹੈ। ਫਿਲਹਾਲ ਡਾਕਟਰਾਂ ਨੇ ਉਹਨਾਂ ਨੂੰ 3 ਤੋਂ 5 ਦਿਨਾਂ ਤੱਕ ਪੂਰਾ ਆਰਾਮ ਕਰਨ ਦੀ ਸਲਾਹ ਦੇ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਲਗਾਤਾਰ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਅਭਿਆਨ 'ਚ ਲੱਗੇ ਹੋਏ ਹਨ। ਵੀਰਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ 17 ਦਿਨਾਂ ਤੱਕ ਸਿੱਧੂ ਨੇ ਲਗਾਤਾਰ ਚੋਣ ਪ੍ਰਚਾਰ 'ਚ ਹਿੱਸਾ ਲਿਆ ਹੈ। ਇਸ ਦੌਰਾਨ ਉਹਨਾਂ ਨੇ 70 ਤੋਂ ਵੱਧ ਰੈਲੀਆਂ ਨੂੰ ਸੰਬੋਧਨ ਕੀਤਾ ਹੈ ਅਤੇ ਪ੍ਰੈਸ ਕਾਨਫਰੰਸ ਵੀ ਕੀਤੀਆਂ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਲਗਾਤਾਰ ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਅਤੇ ਹਵਾਈ ਯਾਤਰਾ 'ਚ ਉਹਨਾਂ ਦੀ ਆਵਾਜ਼ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਡਾਕਟਰਾਂ ਨੇ ਉਹਨਾਂ ਦੀ ਆਵਾਜ਼ ਨੂੰ ਖਤਰਾ ਦੱਸਦੇ ਹੋਏ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਦਰਅਸਲ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਵਿੱਚ ਤਕਲੀਫ ਹੋਈ ਸੀ, ਜਿਸ ਤੋਂ ਬਾਅਦ ਹੀ ਡਾਕਟਰਾਂ ਨੇ ਉਹਨਾਂ ਦਾ ਮੁਆਇਨਾ ਕਰਕੇ ਉਹਨਾਂ ਨੂੰ 5 ਦਿਨ ਤੱਕ ਦਾ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸਿੱਧੂ ਦੀ ਵੋਕਲ ਕਾਰਡ 'ਤੇ ਮਾੜਾ ਪ੍ਰਭਾਵ ਪਿਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਵੋਕਲ ਕਾਰਡ 'ਤੇ ਮਾੜਾ ਪ੍ਰਭਾਵ ਪੈਣ ਕਰਕੇ ਉਹਨਾਂ ਦੀ ਆਵਾਜ਼ ਵੀ ਜਾ ਸਕਦੀ ਹੈ। ਸਰਕਾਰੀ ਬੁਲਾਰੇ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਐਂਬੋਲਿਜ਼ਮ ਟ੍ਰੀਟਮੈਂਟ ਲੈ ਰਹੇ ਹਨ, ਇਸ ਲਈ ਲਗਾਤਾਰ ਹਵਾਈ ਯਾਤਰਾ ਉਹਨਾਂ ਲਈ ਹਾਨੀਕਾਰਕ ਹੈ। ਕੁਝ ਸਾਲ ਪਹਿਲਾਂ ਜ਼ਿਆਦਾ ਹਵਾਈ ਯਾਤਰਾ ਕਰਨ ਕਰਕੇ ਉਹ DVT ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਗਏ ਸਨ। ਉਹਨਾਂ ਵੱਲੋਂ ਲੜੀਵਾਰ ਹੈਮਟੋਲੋਜੀ ਟੈਸਟ ਕਰਵਾਏ ਗਏ ਹਨ। ਡਾਕਟਰਾਂ ਦੀ ਸਲਾਹ ਨਾਲ ਉਹ ਮੁਕੰਮਲ ਜਾਂਚ ਅਤੇ ਰਿਕਵਰੀ ਲਈ ਕਿਸੇ ਅਣਦੱਸੀ ਥਾਂ 'ਤੇ ਗਏ ਹਨ। ਉਹਨਾਂ ਨੂੰ ਸਾਹ ਲੈਣ ਦੇ ਅਭਿਆਸ ਅਤੇ ਫਿਜ਼ੀਓਥੈਰੇਪੀ ਦੇ ਨਾਲ ਵਿਸ਼ੇਸ਼ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਡਾਕਟਰ ਆਇਆ, ਬੋਲਾ ਹਮ ਗੁਰਦਾ ਨਿਕਾਲਤੇ ਹੈ, ਦੂਸਰੇ ਮੇਂ ਡਾਲਤੇ ਹੈ, ਔਰ 7 ਦਿਨ ਮੇਂ ਬੰਦਾ 9 ਬਰ 9 ਹੋ ਕੇ ਨੌਕਰੀ ਢੂੰਢਣੇ ਚਲਾ ਜਾਤਾ ਹੈ। ਤੋ ਅਮੇਰਿਕਾ ਵਾਲਾ ਆਇਆ ਡਾਕਟਰ, ਉਹ ਬੋਲਾ ਹਮ ਦਿਲ ਨਿਕਾਲਤੇ ਹੈ, ਦੂਸਰੇ ਬੰਦੇ ਮੇਂ ਡਾਲਤੇ ਹੈ, ਔਰ 3 ਦਿਨ ਮੇਂ ਬੰਦਾ 9 ਬਰ 9 ਹੋ ਕੇ ਨੌਕਰੀ ਢੂੰਢਣੇ ਚਲਾ ਜਾਤਾ ਹੈ। ਔਰ ਤੀਸਰਾ ਆਇਆ ਜਾਪਾਨ ਵਾਲਾ, ਉਹ ਕਹਿ ਰਿਹਾ ਹਮ ਬੰਦੇ ਕੀ ਖੋਪੜੀ ਖੋਲਤੇ ਹੈ, ਜਿਤਨੀ ਲਾੜੀ ਵਾੜੀ ਹੈ ਸਭ ਬਦਲਤੇ ਹੈ, ਔਰ 2 ਦਿਨ ਮੇਂ ਬੰਦਾ 9 ਬਰ 9 ਹੋ ਕੇ ਨੌਕਰੀ ਢੂੰਢਣੇ ਚਲਾ ਜਾਤਾ ਹੈ। ਅਬ ਆਇਆ ਇੰਡੀਆ ਵਾਲਾ ਡਾਕਟਰ, ਉਹ ਕਹਿ ਰਿਹਾ ਤੁਹਾਡਾ ਸਭ ਬਕਵਾਸ ਹੈ, ਮੈਂ ਕਾਟਾ ਮਾਰ ਰਿਹਾ ਹਾਂ, ਕੈਂਸਲ ਕਰ ਰਿਹਾ ਹਾਂ, ਤੁਹਾਡਾ ਸਭ ਕੈਂਸਲ ਹੈ। ਹਮਨੇ 4.5 ਸਾਲ ਪਹਿਲੇ ਪ੍ਰਧਾਨ ਮੰਤਰੀ ਬਣਾਇਆ,
ਨਾ ਦਿਲ ਨਾ ਦਿਮਾਗ, ਸਾਰਾ ਦੇਸ਼ ਨੌਕਰੀ ਢੂੰਡਣ ਚਲਾ ਗਿਆ। ਠੋਕੋ ਠੋਕੋ ਤਾਲੀ ਠੋਕੋ 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 ਜ਼ੋਰ ਸੇ ਠੋਕੋ ਤਾਲੀ। ਭਾਈਓ ਬਹਿਨੋ, ਮੈਂ ਆਪ ਸੇ ਪੁੱਛਤਾ ਹੂੰ, ਪ੍ਰਧਾਨ ਮੰਤਰੀ ਨੇ ਕਹਾ ਥਾ 15 ਬਲੈਕ ਮਨੀ ਲਾਊਂਗਾ, 90 ਲੱਖ ਕਰੋੜ ਰੁਪਏ ਇਨ ਅਮੀਰੋ ਕੇ ਵਹਾਂ ਸੇ ਛੀਨ ਕੇ ਲਾਊਂਗਾ ਔਰ ਤੁਮਹਾਰੇ ਗਰੀਬੋ ਕੇ 15 ਲੱਖ ਰੁਪਏ ਅਕਾਊਂਟ ਮੇ ਜਮਾ ਕਰਾਊਂਗਾ। ਆ ਗਏ 15 ਲੱਖ, ਆ ਗਏ ਲੱਲਾ 15 ਲੱਖ, ਗੰਗਾ ਹੋ ਗਈ ਸਾਫ, ਹੋ ਗਈ ਸਾਫ, ਨਹੀਂ ਹੋਈ ਨਾ 2 ਕਰੋੜ ਨੌਕਰੀ ਮਿਲ ਗਈ, ਮਿਲ ਗਈ, ਬੁਲਟ ਟ੍ਰੇਨ ਚਲ ਗਈ, ਤੋ ਦਿਆ ਕਿਆ ਬਾਬਾ ਜੀ ਕਾ ਠੁੱਲੂ ਹੈ, ਨਹੀਂ ਬਣੇਗੇ ਅਬ ਯੇ ਰਾਜਸਥਾਨ ਕੇ ਲੋਕ ਤੁਮਹਾਰੇ ਉੱਲੂ। ਕਿਆ ਸਮਝਤੇ ਹੋ ਪ੍ਰਧਾਨ ਮੰਤਰੀ ਸਾਹਿਬ, ਕਿ ਤੁਮ ਜੋ ਬੋਲ ਦੋਗੇ ਵੋ ਅੱਲਾਹ ਕਾ ਫਰਮਾਨ ਹੈ, ਕਰਤੇ ਕਿਆ ਹੋਤਾ ਕਿਆ ਹੈ, ਗੋਲੀ ਮਾਰੀ ਰਾਮ ਕੋ ਲਗੀ, ਘਨਸ਼ਾਮ ਕੋ ਮਰ ਗਿਆ ਤਿਵਾਰੀ, ਫਕੋ ਤਾਰੀ, ਇਸਕੇ ਬੰਬ ਨਿਕਾਲੂੰਗਾ ਮੈਂ ਆਜ। ਬਹਿਨੋ ਭਾਈਓ, ਪਕੜ ਲੋ ਪੂੰਛ, ਰਾਹੁਲ ਗਾਂਧੀ ਜਿੰਦਾਬਾਦ, ਬੁਰੇ ਦਿਨ ਜਾਣੇ ਵਾਲੇ ਹੈ ਔਰ ਰਾਹੁਲ ਭਈਆ, ਬੁਰੇ ਦਿਨ ਜਾਣੇ ਵਾਲੇ ਔਰ ਰਾਹੁਲ ਭਈਆ, ਔਰ ਤੋ ਔਰ ਲਾਲ ਕਿਲੇ ਪੇ ਝੰਡਾ ਫਹਿਰਾਨੇ ਵਾਲੇ, ਠੋਕੋ ਤਾਲੀ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ, ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ 5 ਰਾਜਾਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜ਼ੋਰ ਸ਼ੋਰ ਨਾਲ ਕਾਂਗਰਸ ਦੇ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।